ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਪੁੰਨੇ ਹੋਏ ਛੋਲੇਆਂ ਅਤੇ ਆٹے ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਇਹਨਾਂ ਲੱਡੂਆਂ ਨੂੰ ਖਾ ਕੇ ਤੁਸੀਂ ਜ਼ਰੂਰ ਕਹੋਗੇ ਕਿ ਮਜ਼ਾ ਆ ਗਿਆ ਐਨੇ ਟੇਸਟੀ ਲੱਡੂਏ ਬਣ ਕੇ ਤਿਆਰ ਹੁੰਦੇ ਹਨ ਤੁਸੀਂ ਜਿਸ ਨੂੰ ਵੀ ਇਹ ਲੱਡੂ ਬਣਾ ਕੇ ਖਵਾਓਗੇ ਤੁਹਾਡੀ ਬਾਰ ਬਾਰ ਤਾਰੀਫ਼ ਕਰਨਗੇ ਲੱਡੂਆਂ ਨੂੰ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਕੌਲੀ ਕਣਕ ਦਾ ਆਟਾ ਲਿਆ ਹੈ ਆਟੇ ਨੂੰ ਅਸੀਂ ਛਾਨ ਕੇ ਲਿਆ ਹੈ ਇੱਕ ਕੌਲੀ ਹੀ ਅਸੀਂ ਇੱਥੇ ਪੀਸੀ ਹੋਈ ਚੀਨੀ ਲੈਣੀ ਹੈ ਇੱਕ ਕੌਲੀ ਹੀ ਅਸੀਂ ਇੱਥੇ ਭੁੰਨੇ ਹੋਏ ਛੋਲੇ ਲੈਨੇ ਹਨ ਪੌਣੀ ਕੌਲੀ ਅਸੀਂ ਇੱਥੇ ਦੇਸੀ ਘਿਓ ਲਿਆ ਹੈ ਅੱਧੀ ਕੌਲੀ ਦਰਦਰੇ ਕੁੱਟੇ ਹੋਏ ਅਸੀਂ ਇੱਥੇ ਕਾਜੂ ਲਏ ਹਨ ਤੁਸੀਂ ਇੱਥੇ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਅਸੀਂ ਇੱਥੇ ਕਾਜੂ ਲਏ ਹਨ ਅੱਧੀ ਕੌਲੀ ਹੀ ਅਸੀਂ ਇੱਥੇ ਹਲਕੇ ਜਿਹੇ ਦਰਦਰੇ ਕੁੱਟੇ ਹੋਏ ਬਦਾਮ ਲਏ ਹਨ ਹੁਣ ਅਸੀਂ ਸਭ ਤੋਂ ਪਹਿਲਾਂ ਛੋਲਿਆਂ ਨੂੰ ਪੀਸ ਕੇ ਤਿਆਰ ਕਰਾਂਗੇ ਉਸਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਮਿਕਸੀ ਵਾਲਾ ਜੱਗ ਲੈ ਲਵਾਂਗੇ ਉਸਦੇ ਵਿੱਚ ਇੱਕ ਕੌਲੀ ਭੁੱਜੇ ਹੋਏ ਛੋਲੇ ਪਾ ਲਵਾਂਗੇ ਅਤੇ ਬਿਲਕੁਲ ਬਰੀਕ ਪੀਸ ਕੇ ਅਸੀਂ ਤਿਆਰ ਕਰਾਂਗੇ ਛੋਲਿਆਂ ਨੂੰ ਅਸੀਂ ਇੱਥੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਲੱਡੂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਕੜਾਈ ਰੱਖਾਂਗੇ ਉਸਦੇ ਵਿੱਚ ਅਸੀਂ ਪੌਣੀ ਕੌਲੀ ਦੇਸੀ ਘਿਓ ਦੀ ਪਾ ਦਵਾਂਗੇ ਘਿਓ ਤੁਸੀਂ ਇੱਥੇ ਵੱਧ ਘੱਟ ਵੀ ਪਾ ਸਕਦੇ ਆ ਕਿਉਂ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਇੱਕ ਕੌਲੀ ਕਣਕ ਦਾ ਆਟਾ ਪਾ ਦੇਵਾਂਗੇ ਅਤੇ ਆਟੇ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬਿਲਕੁਲ ਮੀਡੀਅਮ ਕਰ ਦਿੱਤਾ ਹੈ ਮੀਡੀਅਮ ਆਂਚ ਦੇ ਉੱਤੇ ਹੀ ਅਸੀਂ ਲਗਾਤਾਰ ਹਿਲਾਉਂਦੇ ਹੋਏ ਆਟੇ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਇਸ ਦਾ ਕਲਰ ਨਹੀਂ ਬਦਲ ਜਾਂਦਾ ਅਸੀਂ ਇੱਥੇ ਆਟੇ ਨੂੰ ਸੇਮ ਉਸੇ ਤਰੀਕੇ ਨਾਲ ਹੀ ਭੁੰਨਣਾ ਹੈ ਜਿਵੇਂ ਅਸੀਂ ਆਟੇ ਦਾ ਕੜਾਹ ਪ੍ਰਸ਼ਾਦ ਬਣਾਉਣ ਦੇ ਲਈ ਭੁੰਨਦੇ ਹਾਂ ਇੱਥੇ ਅਸੀਂ ਕਿਉਂ ਉਹਨੂੰ ਘੱਟ ਹੀ ਪਾਉਣਾ ਹੈ ਕਿਉਂਕਿ ਜਿਵੇਂ ਜਿਵੇਂ ਅਸੀਂ ਭੁੰਨੇ ਜਾਵਾਂਗੇ ਇਹ ਆਪਣੇ ਆਪ ਹੀ ਘਿਓ ਛੱਡਦਾ ਜਾਏਗਾ ਸਾਨੂੰ ਇੱਥੇ ਆਟੇ ਨੂੰ ਭੁੰਨੇ ਹੋਏ 2 ਕਮਿੰਟ ਹੋ ਗਏ ਹਨ ਤੇ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਬਦਲਣਾ ਸ਼ੁਰੂ ਹੋ ਗਿਆ ਹੈ ਆਟੇ ਨੂੰ ਭੁੰਨੇ ਸਮੇਂ ਇਸ ਨੂੰ ਲਗਾਤਾਰ ਹਿਲਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਕਿਤੀਓ ਕੱਚਾ ਤੇ ਕਿਤੀਓ ਪੱਕ ਜਾਏਗਾ ਇਸ ਦੇ ਨਾਲ ਸਾਡੇ ਲੱਡੂ ਬਿਲਕੁਲ ਵੀ ਵਧੀਆ ਨਹੀਂ ਬਣਨਗੇ ਇਸ ਲਈ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੀ ਜ਼ਰੂਰੀ ਹੈ ਇੱਥੇ ਅਸੀਂ ਆਟੇ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਪੀਸ ਕੇ ਰੱਖੇ ਹੋਏ ਪੁੱਜੇ ਹੋਏ ਛੋਲਿਆਂ ਨੂੰ ਵੀ ਪਾ ਦਵਾਂਗੇ ਕਿਉਂਕਿ ਇਹ ਛੋਲੇ ਪਹਿਲੇ ਹੀ ਭੁੰਨੇ ਹੋਏ ਹੁੰਦੇ ਹਨ ਇਸ ਲਈ ਇਹਨਾਂ ਨੂੰ ਜ਼ਿਆਦਾ ਭੁੰਨਣਾ ਨਹੀਂ ਪੈਂਦਾ ਹੈ ਹੁਣ ਅਸੀਂ ਛੋਲਿਆਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਦੇ ਨਾਲ ਆਟੇ ਦੇ ਵਿੱਚ ਮਿਕਸ ਕਰ ਦੇਵਾਂਗੇ ਇੱਥੇ ਤੁਹਾਨੂੰ ਜੇਕਰ ਆਟੇ ਦਾ ਮਿਸ਼ਰਣ ਥੋੜਾ ਜਿਆਦਾ ਸੁੱਕਾ ਸੁੱਕਾ ਲੱਗੇ ਤਾਂ ਤੁਸੀਂ ਇੱਥੇ ਦੇਸੀ ਘਿਓ ਵੀ ਪਾ ਸਕਦੇ ਆ ਪਰ ਅਸੀਂ ਇੱਥੇ ਹੋਰ ਦੇਸੀ ਘਿਓ ਨਹੀਂ ਪਾਵਾਂਗੇ ਅਸੀਂ ਇੱਥੇ ਲਗਾਤਾਰ ਮਿਕਸ ਕਰਦੇ ਹੋਏ 1 ਮਿੰਟ ਦੇ ਲਈ ਛੋਲਿਆਂ ਨੂੰ ਵੀ ਆਟੇ ਦੇ ਨਾਲ ਹੀ ਭੁੰਨ ਲਿਆ ਹੈ ਹੁਣ ਅਸੀਂ ਆਪਣੇ ਕੱਟ ਕੇ ਰੱਖੇ ਹੋਏ ਸਾਰੇ ਡਰਾਈ ਫਰੂਟ ਵੀ ਪਾ ਦੇਵਾਂਗੇ ਸਭ ਤੋਂ ਪਹਿਲਾਂ ਅਸੀਂ ਅੱਧੀ ਕੌਲੀ ਦਰਦਰੇ ਕੁੱਟੇ ਹੋਏ ਕਾਜੂ ਪਾਵਾਂਗੇ ਅੱਧਿਕੌਲੀ ਹੀ ਅਸੀਂ ਇੱਥੇ ਬਦਾਮਾਂ ਨੂੰ ਪਾ ਦਵਾਂਗੇ ਬਦਾਮਾਂ ਨੂੰ ਵੀ ਅਸੀਂ ਇੱਥੇ ਥੋੜਾ ਦਰਦਰਾ ਕੁੱਟ ਕੇ ਹੀ ਪਾਵਾਂਗੇ ਤੁਸੀਂ ਇੱਥੇ ਕੋਈ ਵੀ ਡਰਾਈ ਫਰੂਟ ਇਹਨਾਂ ਲੱਡੂਆਂ ਦੇ ਵਿੱਚ ਪਾ ਸਕਦੇ ਆ ਜੋ ਤੁਹਾਨੂੰ ਪਸੰਦ ਹੋਵੇ ਡਰਾਈ ਫਰੂਟਸ ਨੂੰ ਪਾਉਣ ਤੋਂ ਬਾਅਦ ਅਸੀਂ ਹਲਕਾ ਜਿਹਾ ਭੁੰਨ ਲਵਾਂਗੇ ਇੱਥੇ ਅਸੀਂ 1 ਮਿੰਟ ਦੇ ਲਈ ਡਰਾਈ ਫਰੂਟਸ ਨੂੰ ਪਾਉਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਿਆ ਹੈ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਾਂਗੇ ਨਹੀਂ ਤਾਂ ਸਾਡੇ ਲੱਡੂਆਂ ਦਾ ਕਲਰ ਵਧੀਆ ਨਹੀਂ ਆਵੇਗਾ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਅਤੇ ਆਪਣੇ ਇਸ ਤਿਆਰ ਕੀਤੇ ਹੋਏ ਮਿਸ਼ਰਣ ਨੂੰ ਠੰਡਾ ਕਰ ਲਵਾਂਗੇ ਲੱਡੂਆਂ ਦੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਦੇ ਨਾਲ ਠੰਡਾ ਕਰਨ ਤੋਂ ਬਾਅਦ ਅਸੀਂ ਇੱਕ ਕੌਲੀ ਪੀਸੀ ਹੋਈ ਚੀਨੀ ਪਾ ਦਵਾਂਗੇ ਚੀਨੀ ਅਸੀਂ ਮਿਸ਼ਰਣ ਨੂੰ ਠੰਡਾ ਕਰਨ ਤੋਂ ਬਾਅਦ ਹੀ ਪਾਉਣੀ ਹੈ ਤਾਂ ਹੀ ਸਾਡੇ ਲੱਡੂ ਬਿਲਕੁਲ ਵਧੀਆ ਬਣ ਕੇ ਤਿਆਰ ਹੋਣਗੇ ਹੁਣ ਅਸੀਂ ਚੀਨੀ ਨੂੰ ਚੰਗੀ ਤਰ੍ਹਾਂ ਦੇ ਨਾਲ ਆਟੇ ਅਤੇ ਭੁੱਜੇ ਹੋਏ ਛੋਲਿਆਂ ਦੇ ਇਸ ਮਿਸ਼ਰਣ ਦੇ ਵਿੱਚ ਮਿਕਸ ਕਰ ਦਵਾਂਗੇ ਅਸੀਂ ਇੱਥੇ ਚੀਨੀ ਨੂੰ ਚੰਗੀ ਤਰ੍ਹਾਂ ਦੇ ਨਾਲ ਆਟੇ ਦੇ ਵਿੱਚ ਮਿਕਸ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਆ ਕਿ ਸਾਡਾ ਕਿੰਨਾ ਵਧੀਆ ਲੱਡੂਆਂ ਦਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਆਪਣੇ ਛੋਟੇ-ਛੋਟੇ ਲੱਡੂ ਬਣਾਉਣੇ ਸ਼ੁਰੂ ਕਰ ਦੇਵਾਂਗੇ ਉਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਹੱਥਾਂ ਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਲਗਾਵਾਂਗੇ ਇੱਥੇ ਤੁਹਾਡਾ ਜੇਕਰ ਲੱਡੂ ਬਣਾਉਣ ਦੇ ਲਈ ਮਿਸ਼ਰਣ ਇਕੱਠਾ ਨਾ ਹੋ ਰਿਹਾ ਹੋਵੇ ਤੁਸੀਂ ਥੋੜਾ ਜਿਹਾ ਦੇਸੀ ਘਿਓ ਵੀ ਪਾ ਸਕਦੇ ਆ ਪਰ ਸਾਡਾ ਇੱਥੇ ਸਾਰਾ ਮੈਜ਼ਰਮੈਂਟ ਬਿਲਕੁਲ ਪਰਫੈਕਟ ਹੈ ਅਸੀਂ ਇੱਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਲੱਡੂ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤੁਸੀਂ ਦੇਖ ਸਕਦੇ ਆ ਕਿ ਬਿਨਾਂ ਕਿਸੇ ਮੁਸ਼ਕਿਲ ਦੇ ਸਾਡੇ ਲੱਡੂ ਬਣ ਰਹੇ ਹਨ ਇੱਥੇ ਅਸੀਂ ਭੁਜੇ ਹੋਏ ਚਨੇ ਆ ਤੇ ਆਟੇ ਦੇ ਬਹੁਤ ਹੀ ਵਧੀਆ ਲੱਡੂ ਬਣਾ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਸੇਮ ਇਸੇ ਤਰੀਕੇ ਦੇ ਨਾਲ ਸਾਰੇ ਲੱਡੂਆਂ ਨੂੰ ਬਣਾ ਲਵਾਂਗੇ ਤੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਆਟੇ ਅਤੇ ਭੁੰਨੇ ਹੋਏ ਛੋਲਿਆਂ ਦੇ ਲੱਡੂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਜੇਕਰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਅਸੀਂ ਇੱਥੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਲੱਡੂ ਬਣਾ ਕੇ ਤਿਆਰ ਕਰ ਲਏ ਹਨ ਤੁਸੀਂ ਇਹ ਲੱਡੂ ਜਿਸ ਨੂੰ ਵੀ ਬਣਾ ਕੇ ਖਵਾਓਗੇ ਤੁਹਾਡੀ ਬਾਰ ਬਾਰ ਤਾਰੀਫ਼ ਕਰਨਗੇ ਬਹੁਤ ਹੀ ਟੇਸਟੀ ਅਤੇ ਮੂੰਹ ਦੇ ਵਿੱਚ ਘੁਲ ਜਾਣ ਵਾਲੇ ਇਹ ਲੱਡੂ ਬਣ ਕੇ ਤਿਆਰ ਹੁੰਦੇ ਹਨ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਲੱਡੂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ